ਕੋਟ ਤੋਂ ਫਰੀਦਕੋਟ ਗਈ ਤੂੰ ਬਾਜ਼ਾਰ ਨਹੀਂ ਲੱਭਿਆ ਫਿਰੋਜ਼ਪੁਰ ਸ਼ਹਿਰ ਤੋਂ ਸ਼ਿੰਗਾਰ ਨਹੀਂ ਉਹਦੇ ਕੰਨਾਂ ਨੂੰ ਉਬਾਲੇ ਜਾ ਕੇ ਸ਼ਹਿਰ ਪਟਿਆਲੇ ਕੰਨਾਂ ਨੂੰ ਉਬਾਲੇ ਜਾ ਕੇ ਸ਼ਹਿਰ ਪਟਿਆਲੇ ਲੁਧਿਆਣਿਆਂ ਤੋਂ ਚੁੰਨੀਆਂ ਰੰਗਾਈਆਂ ਸਾਰਾ ਤੂੰ ਪੰਜਾਬ ਗਾ ਲਿਆ ਨੀ ਤੇਰੇ ਵੰਗਾਂ ਮੇਚ ਨਾ ਆਈਆਂ ਸਾਰਾ ਤੂੰ ਪੰਜਾਬ ਗਾ ਲਿਆ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਕਾਕਾ ਅਤੇ ਲੈ ਕੇ ਆਸਣਾ ਪ੍ਰੋਗਰਾਮ ਟਰੈਵਲ ਮਸਤੀ ਅਤੇ ਟਰੈਵਲ ਮਸਤੀ ਦੀ ਗੱਡੀ ਅੱਜ ਪਹੁੰਚ ਚੁੱਕੀ ਹੈ ਜੀ ਲੁਧਿਆਣਾ ਸ਼ਹਿਰ ਦੇ ਵਿੱਚ। ਗਾਣਾ ਮੈਂ ਗਾਇਆ, ਪਤਾ ਕਿਉਂ ਗਾਇਆ? ਕਿਉਂਕਿ ਲੁਧਿਆਣੇ ਨੂੰ ਕਿਹਾ ਜਾਂਦਾ ਕਲਾਕਾਰਾਂ ਦੀ ਮੰਡੀ। ਇੱਥੇ ਹਰ ਤਰ੍ਹਾਂ ਦਾ ਰੰਗ ਤੁਹਾਨੂੰ ਮਿਲੇਗਾ, ਚਾਹੇ ਇੰਡਸਟਰੀ ਦੀ ਗੱਲ ਆ ਅਤੇ ਚਾਹੇ ਮਿਊਜ਼ਿਕ ਦੀ ਗੱਲ ਆ ਅਤੇ ਚਾਹੇ ਕਿਸੇ ਤਰ੍ਹਾਂ ਦੇ ਵਪਾਰ ਦੀ ਗੱਲ। ਲੁਧਿਆਣਾ ਹਰ ਗੱਲ ਦੇ ਵਿੱਚ ਅੱਗੇ ਆਉਂਦਾ, ਇਸ ਕਰਕੇ ਆਪਾਂ ਵੀ ਅੱਜ ਲੁਧਿਆਣੇ ਦੇ ਵਿੱਚ ਚੜ੍ਹ ਜਾਂਦਾ ਟਾਈਮ ਟੀਵੀ 'ਤੇ ਬਿਲਕੁਲ ਟਰੈਵਲ ਮਸਤੀ ਦੇ ਸ਼ੋਅ ਦੇ ਦੌਰਾਨ ਆਪਾਂ ਅੱਗੇ ਆ ਗਏ ਹਾਂ ਗੱਲਬਾਤ ਕਰਨੀ ਆ ਲੁਧਿਆਣੇ ਸ਼ਹਿਰ ਦੇ ਵਿੱਚ। ਜਿੱਦਾਂ ਮੈਂ ਗਾਣਾ ਗਾਇਆ ਨਾ, ਇਸੇ ਤਰ੍ਹਾਂ ਅੱਜ ਆਪਾਂ ਮਾਹੌਲ ਜਿਹੜਾ ਸੰਗੀਤਕ ਰੱਖਣਾ ਅਤੇ ਜਿਹੜਾ ਮਸਤੀ ਵਜਾ ਕੇ ਨਾ, ਉਹ ਮੈਂ ਕਰਨਾ ਹੀ ਕਰਨਾ, ਕਿਉਂਕਿ ਤੁਹਾਨੂੰ ਪਤਾ ਕਾਕਾ ਫਿਰ ਸਵਾਲ ਵੀ ਕਰਦਾ ਅਤੇ ਹਸੀ ਮਜ਼ਾਕ ਵੀ ਕਰਦਾ। ਗਾਣੇ ਵੀ ਸੁਣਾਂਗੇ, ਚੱਲੀਏ ਫਿਰ ਆ ਜਾਓ। ਸੰਗਤ ਦੇ ਸਭ ਦੇ ਕਾਜ ਸਵਾਰੇ ਧੰਨ ਗੁਰੂ ਨਾਨਕ ਸਤਿਗੁਰੂ ਨਾਨਕ। ਵਾਹ ਜੀ ਵਾਹ, ਵਾਹ ਜੀ ਵਾਹ। ਮੈਂ ਸੁਣ ਰਿਹਾ ਸੀ ਕਿ ਬੜੀ ਇੱਕ ਮਿੱਠੀ ਸੁਰੀਲੀ ਆਵਾਜ਼ ਮੈਨੂੰ ਕਿਹੜੇ ਪਾਸੋਂ ਆ ਰਹੀ ਹੈ, ਕਿਸੇ ਪਾਸੋਂ ਆ ਰਹੀ ਹੈ, ਅਤੇ ਰੱਬ ਦੇ ਨਾਲ ਬਿਰਤੀਆਂ ਲੱਗੀਆਂ ਹੋਈਆਂ ਸੀ। ਆਵਾਜ਼ ਇੱਧਰੋਂ ਆ ਰਹੀ ਸੀ ਅਤੇ ਗੱਲਬਾਤ ਵੀ ਆਪਾਂ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸ਼ੁਭ ਨਾਮ? ਮੈਂ ਪਿੰਕੀ ਸੋਹਤਾ। ਓ ਪਿੰਕੀ ਸੋਹਤਾ, ਯਾਨੀ ਕਿ ਪੰਜਾਬੀ ਸਿੰਗਰ। ਬਿਲਕੁ�ਲ ਜੀ ਬਿਲਕੁਲ, ਸਹੀ ਪਛਾਣਿਆ। ਮੈਂ ਪਛਾਣ ਹੀ ਲੈਣਾ ਜਦੋਂ ਤੁਸੀਂ ਗਾਣਾ ਗਾਉਣ ਡਿਆ ਸੀ। ਪੰਜਾਬੀ ਦੋ ਕੰਮਾਂ ਦੇ ਸ਼ੌਕੀਨ ਨੇ, ਖਾਣ ਪੀਣ ਦੇ ਅਤੇ ਗਾਣਾ ਗਾਉਣ ਦੇ। ਬਿਲਕੁਲ ਜੀ, ਜਦੋਂ ਕਿਤੇ ਆਪਾਂ ਵਿਹਲੇ ਖੜੀ ਹੋਏ ਨਾ, ਪੰਜਾਬੀਆਂ ਦੇ ਅੰਦਰਲਾ ਸ਼ਾਇਰ ਤੇ ਕਲਾਕਾਰ ਜਾਗ ਪੈਂਦਾ ਆਪਣੇ ਆਪ ਹੀ ਜੀ। ਬਿਲਕੁਲ, ਜਿੱਦਾਂ ਤੁਹਾਡਾ ਜਾਗਿਆ ਸੀ। ਮੈਂ ਬਿਲਕੁਲ ਆਪਣੇ ਮੂਡ ਦੇ ਵਿੱਚ ਸੀਗੀ, ਬਿਲਕੁਲ ਵੀ ਮੈਂ ਕੀ ਕਰ ਰਹੀ ਹਾਂ, ਮੈਂ ਕਿਸੇ ਦੀ ਵੇਟ ਕਰ ਰਹੀ ਸੀ। ਐਕਚੁਲੀ ਕੁਦਰਤੀ ਤੁਹਾਡੇ ਨਾਲ ਮੁਲਾਕਾਤ ਹੋ ਗਈ, ਔਰ ਬਹੁਤ ਬਹੁਤ ਥੈਂਕਸ ਕਰਦੀ ਹਾਂ ਜੀ। ਸਾਡੇ ਬਹੁਤ ਹੀ ਵਧੀਆ ਚੈਨਲ ਹੈ ਜੀ, ਇੰਟਰਨੈਸ਼ਨਲ ਚੈਨਲ ਹੈ ਚੜ੍ਹਦੀ ਕਲਾ ਟਾਈਮ ਟੀਵੀ ਵਾਲੇ, ਔਰ ਮੈਂ ਬਹੁਤ ਬਹੁਤ ਥੈਂਕਸ ਕਰਦੀ। ਪਰਮਾਤਮਾ ਹਮੇਸ਼ਾ ਤੁਹਾਨੂੰ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰੱਖੇ ਜੀ। ਕੀ ਬਾਤ ਹੈ ਜੀ। ਅੱਛਾ, ਮੈਨੂੰ ਇੱਕ ਚੀਜ਼ ਦੱਸੋ, ਥੋੜ੍ਹਾ ਜਿਹਾ ਇੱਧਰ ਨੂੰ ਆ ਜਾਓ, ਪਤਾ ਕਿਉਂ? ਹਾਂਜੀ, ਇੱਧਰ ਧੁੱਪ ਬੜੀ ਵਧੀਆ ਆਉਂਦੀ ਹੈ। ਅੱਛਾ ਜੀ, ਤੁਸੀਂ ਚੜ੍ਹਦੀ ਕਲਾ ਦੀ ਗੱਲ ਕਰਤੀ। ਦੇਖੋ ਚੜ੍ਹਦੀ ਕਲਾ 'ਚ ਜਿੱਥੇ ਨਾ ਹੀ ਚੜ੍ਹਦੀ ਕਲਾ ਆ ਗਿਆ, ਬੰਦੇ ਦੀ ਚੜ੍ਹਦੀ ਕਲਾ ਹੋ ਜਾਂਦੀ ਹੈ। ਹਾਂਜੀ, ਦੇਖੋ ਜਸਵਿੰਦਰ ਸਿੰਘ ਕਾਕਾ ਸਪੈਸ਼ਲ, ਤੁਸੀਂ ਕਹੇ ਕਿਸੇ ਦੀ ਵੇਟ ਕਰ ਰਹੇ ਹੋ, ਤੁਹਾਡਾ ਵੇਖੋ ਬੰਦਾ ਆਇਆ ਜਾਂ ਨਹੀਂ ਆਇਆ, ਆਪ ਆ ਗਏ। ਸਹੀ ਗੱਲ, ਥੈਂਕ ਯੂ ਜੀ, ਸਹੀ ਗੱਲ ਹੈ ਬਿਲਕੁਲ। ਤੇ ਟਰੈਵਲ ਮਸਤੀ ਦੀ ਗੱਡੀ ਅੱਜ ਪਹੁੰਚੀ ਹੈ ਜੀ ਲੁਧਿਆਣੇ। ਅੱਛਾ ਜੀ, ਤੇ ਇਸ ਟਾਈਮ ਪਿੰਕੀ ਸੋਤਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ ਜਿਹੜੇ ਮੈਨੂੰ ਇਸ ਟਾਈਮ ਟੀਵੀ ਤੇ ਦੇਖ ਰਹੇ ਨੇ ਜੀ। ਹੁਣ ਸ਼ੀਲਾ ਜਾਂ ਛੱਡੋ ਫਿਰ ਕੋਈ ਤੀਰ। ਬਿਲਕੁਲ ਜੀ, ਭੜਕ ਮਾਰਨੀ ਸੌਖੀ, ਡਾਂਗ ਚਲਾਉਣੀ ਔਖੀ ਏ, ਯਾਰੀ ਲਾਉਣੀ ਸੌਖੀ, ਤੋੜ ਨਿਭਾਉਣੀ ਔਖੀ ਏ। ਭੜਕ ਮਾਰਨੀ ਸੌਖੀ, ਡਾਂਗ ਚਲਾਉਣੀ ਔਖੀ ਏ, ਓ ਯਾਰੀ ਲਾਉਣੀ ਸੌਖੀ, ਤੋੜ ਨਿਭਾਉਣੀ ਔਖੀ ਏ। ਓ ਪੈਗ ਲੰਡੂ ਜੀ ਹਲਾ ਕੇ ਕਈ ਤਾਂ ਵੈਲੀ ਬਣਦੇ ਨੇ, ਓ ਡੀ ਸੀ ਡਿਪਟੀ ਐਸ ਪੀ ਤੋਂ ਗੱਲ ਘੱਟ ਨਾ ਕਰਦੇ ਨੇ। ਪੈਗ ਲੰਡੂ ਜੀ ਹਲਾ ਕੇ ਕਈ ਤਾਂ ਵੈਲੀ ਬਣਦੇ ਨੇ, ਓ ਡੀ ਸੀ ਡਿਪਟੀ ਐਸ ਪੀ ਤੋਂ ਗੱਲ ਘੱਟ ਨਾ ਕਰਦੇ ਨੇ। ਓ ਤੂਤ ਦੇ ਮੋਛੇ ਵਰਗੀ ਬੜੀ ਕਹਾਣੀ ਔਖੀ ਏ, ਓ ਯਾਰੀ ਲਾਉਣੀ ਸੌਖੀ, ਤੋੜ ਨਿਭਾਉਣੀ ਔਖੀ ਏ। ਓ ਯਾਰੀ ਲਾਉਣੀ ਸੌਖੀ, ਤੋੜ ਨਿਭਾਉਣੀ ਔਖੀ ਏ। ਕਿਆ ਬਾਤ ਹੈ, ਕਿਆ ਬਾਤ ਹੈ। ਵੈਸੇ ਮੈਂ ਤੁਹਾਨੂੰ ਦੱਸਦਾ, ਮੈਂ ਵੈਸ਼ਨੂੰ ਆ ਜੀ, ਮੈਂ ਪੀਂਦਾ ਪੁੰਦਾ ਨਹੀਂ ਹੈਗਾ। ਅੱਛਾ ਜੀ, ਤੁਸੀਂ ਫੋਰਨ ਦੇ ਟੂਰ ਵੀ ਬੜੇ ਲਾਏ ਹੋਏ ਨੇ। ਹਾਂਜੀ ਬਿਲਕੁਲ ਜੀ, ਮੈਂ ਤਕਰੀਬਨ ਇਸ ਆਪਣੀ ਸਿੰਗਿੰਗ ਦੇ ਸਿਰ ਤੇ ਹੀ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਰੇ ਮੁਲਕ ਗਾ ਲਏ ਹੋਏ ਆ। ਅੱਛਾ ਜੀ, ਤੇ ਬਸ ਇੱਕ ਆਸਟ੍ਰੇਲੀਆ ਰਹਿੰਦਾ ਜਾਣ ਵਾਲਾ, ਉਹ ਵੀ ਸ਼ਾਇਦ ਪਰਮਾਤਮਾ ਛੇਤੀ ਲੈ ਜੂ, ਦੇਖਦੇ ਉੱਥੇ ਵੀ ਝੰਡੇ ਗੱਡ ਕੇ ਆਉਂਦੇ ਆ ਜਾ ਕੇ ਜੀ। ਮੈਂ ਤੁਹਾਨੂੰ ਇੱਕ ਸਵਾਲ ਕਰਦਾ, ਹਾਂਜੀ, ਬੰਦੇ ਨੂੰ ਫੋਰਨ ਜਾਣ ਲਈ ਕੀ ਕਰਨਾ ਚਾਹੀਦਾ? ਦੇਖੋ ਜੀ, ਮੇਰੇ ਹਿਸਾਬ ਦੇ ਨਾਲ ਤਾਂ ਫੋਰਨ ਜਾਣ ਵਾਸਤੇ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਆਪ ਹੀ ਇੰਨੇ ਕੁ ਆਪਣੇ ਆਪ 'ਚ ਮਤਲਬ ਕਿ ਕੈਪੇਬਿਲਿਟੀਜ਼ ਹੋਣੀਆਂ ਚਾਹੀਦੀਆਂ ਆ ਕਿ ਪਰਮਾਤਮਾ ਤੁਹਾਨੂੰ ਤੁਹਾਨੂੰ ਆਪਣੇ ਆਪ ਅੰਬੈਸੀ ਵਾਲੇ ਕਹਿਣ ਜੀ ਵੀਜ਼ਾ ਲੈ ਕੇ ਜਾਓ ਸਾਡੇ, ਕਿਸੇ 'ਤੇ ਡਿਪੈਂਡ ਨਹੀਂ ਹੋਣਾ ਚਾਹੀਦਾ। ਬਿਲਕੁਲ ਸਹੀ ਤਰੀਕੇ ਨਾਲ ਤੁਸੀਂ ਜਾਓ ਜੀ। ਮੈਂ ਕਿਹਾ ਬੰਦੇ ਨੂੰ ਫੋਰਨ ਜਾਣ ਲਈ ਕਰਨਾ ਕੀ ਚਾਹੀਦਾ? ਦੇਖੋ ਜੀ, ਫੋਰਨ ਜਾਣ ਵਾਸਤੇ ਬੜੇ ਰਸਤੇ ਨੇ, ਵਧੀਆ ਸਟੱਡੀ ਕਰੋ ਤਾਂ ਵੀ ਤੁਹਾਨੂੰ ਫੋਰਨ ਦਾ ਵੀਜ਼ਾ ਮਿਲ ਜੂਗਾ, ਤੁਹਾਡੇ 'ਚ ਵਧੀਆ ਗੁਣ ਹੈ ਤਾਂ ਵੀ ਤੁਹਾਨੂੰ ਫੋਰਨ ਦਾ ਵੀਜ਼ਾ ਮਿਲ ਜੂਗਾ, ਤੁਹਾਡੇ ਵਿੱਚ ਆਪਣੇ ਵਿੱਚ ਸਕਿੱਲਸ ਹੋਣੇ ਚਾਹੀਦੇ ਆ। ਅੱਛਾ ਜੀ, ਹਾਂਜੀ, ਸੋ ਬਹੁਤ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਅਤੇ ਚੜ੍ਹਦੀ ਕਲਾ ਟਾਈਮ ਟੀਵੀ 'ਤੇ ਗੱਲਬਾਤ ਕਰਕੇ ਕਿੱਦਾਂ ਲੱਗਿਆ ਜੀ? ਮੈਂ ਕਿਹਾ ਜੀ, ਮੈਨੂੰ ਅੱਜ ਪਰਮਾਤਮਾ ਨੇ ਅੱਜ ਇਹ ਗੋਡ ਗਿਫਟ ਦਿੱਤਾ। ਅੱਛਾ ਜੀ, ਬਿਲਕੁਲ ਬਿਲਕੁਲ ਜੀ, ਔਰ ਮੈਂ ਬੜੀ ਖੁਸ਼ ਹਾਂ ਕਿ ਮੈਨੂੰ ਅਚਾਨਕ ਅੱਜ ਗੋਡ ਗਿਫਟ ਮਿਲਿਆ, ਔਰ ਮੈਂ ਥੈਂਕਸ ਕਰਦੀ ਹਾਂ ਉਸ ਪਰਮਾਤਮਾ, ਥੈਂਕਸ ਕਰਦੀ ਹਾਂ ਜੀ ਫਿਰ ਇੱਕ ਵਾਰੀ ਚੜ੍ਹਦੀ ਕਲਾ ਟਾਈਮ ਟੀਵੀ ਦਾ। ਅਸੀਂ ਅਚਾਨਕ ਹੀ ਸਰਪ੍ਰਾਈਜ਼ ਦਿੰਦੇ ਹੁੰਦੇ ਹਾਂ, ਅਤੇ ਫਿਰ ਇੱਕ ਬੜਾ ਇੰਪੋਰਟੈਂਟ, ਬੜਾ ਜ਼ਰੂਰੀ ਸਵਾਲ ਆ, ਅਕਸਰ ਮੈਂ ਪੁੱਛਦਾ ਹੀ ਨਾ, ਜਸਵਿੰਦਰ ਸਿੰਘ ਕਾਕੇ ਨਾਲ ਗੱਲਬਾਤ ਕਰਕੇ ਕਿੱਦਾਂ ਲੱਗਿਆ? ਮੈਂ ਕਿਹਾ ਜੀ, ਮੈਂ ਕਦੇ ਸੋਚਿਆ ਨਹੀਂ ਸੀਗਾ ਇੰਨਾ ਸੋਹਣਾ ਮੁੰਡਾ ਮੇਰੇ ਨਾਲ ਗੱਲ ਕਰੂਗਾ।
ਤਰੀਫਾਂ ਹੋ ਰਹੀਆਂ ਹੁਣ ਜੀ ਕਰਦਾ ਨੀ ਰੋਕਣ ਨੂੰ, ਪਰ ਕਹਿੰਦੇ ਨਾ ਟ੍ਰੈਵਲ ਮਸਤੀ ਦੀ ਗੱਡੀ ਅੱਗੇ ਵੀ ਜਾਣੀ ਆ, ਅੱਗੇ ਵੀ ਆਪਾਂ ਗੱਲਾਂ ਬਾਤਾਂ ਕਰਨੀਆਂ। ਬਿਲਕੁਲ ਜੀ, ਹੁਣ ਫਿਰ ਆ ਗਿਆ ਜੀ। ਬਿਲਕੁਲ, ਅਸੀਂ ਚੱਲਦੇ ਹਾਂ, ਤੁਸੀਂ ਸਾਨੂੰ ਟਾਟਾ ਕਰੋ। ਹੈ ਬਾਏ। ਲਓ ਜੀ, ਟ੍ਰੈਵਲ ਮਸਤੀ ਦੀ ਗੱਡੀ ਚੱਲ ਰਹੀ ਆ ਲੁਧਿਆਣਾ ਸਿਟੀ ਦੇ ਵਿੱਚ, ਤੇ ਗੱਲਾਂ ਬਾਤਾਂ ਆਪਾਂ ਹੋਰ ਵੀ ਕਰਦੇ ਹਾਂ, ਅੱਗੇ ਚੱਲਦੇ ਹਾਂ ਤੇ ਕਿਸੇ ਹੋਰ ਨੂੰ ਆਪਣੇ ਸਵਾਲ, ਤੁਹਾਨੂੰ ਪਤਾ ਸਵਾਲ ਜਸਵਿੰਦਰ ਸਿੰਘ ਕਾਕੇ ਕੋਲੋਂ ਬਹੁਤ ਸਾਰੇ ਨੇ ਤੇ ਜਵਾਬ ਵੀ ਆਪਾਂ ਲੈਣੇ ਆ ਤੇ ਹਸਣਾ ਖੇਡਣਾ ਵੀ ਆ। ਆਓ ਚੱਲੀਏ, ਹੁਣ ਆਪਾਂ ਖਾਣ ਪੀਣ ਦੇ ਮਾਹੌਲ ਦੇ ਵਿੱਚ ਆ ਗਏ ਤੇ ਗੱਲਬਾਤ ਕਰਦੇ ਹਾਂ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸ਼ੁਭ ਨਾਮ? ਰੋਬਿਨ। ਰੋਬਿਨ ਹੁੱਡ? ਹਾਂਜੀ। ਹਾਂਜੀ ਪੱਕਾ? ਬੰਦਾ ਖੁਸ਼ ਬੜਾ ਹੀ, ਇਹਨੂੰ ਨਾ ਪੇਸਟ ਦੀ ਮਸ਼ਹੂਰੀ ਵਾਲੇ ਵੀ ਲਿਆ ਸਕਦੇ ਨੇ ਜਿੰਨੇ ਦੰਦ ਵਿਖਾ ਸਕਦਾ। ਅੱਛਾ, ਕੀ ਕਰਦਾ ਮੇਰਾ ਵੀਰ? ਮੈਂ ਭਾਜੀ ਪੜ੍ਹਦਾ। ਪੜ੍ਹਦਾ? ਹਾਂਜੀ। ਹੁਣ ਤਾਂ ਵਿਹਲਾ ਖੜਾ ਹੈ ਯਾਰ, ਕਮਾਲ ਕਰਦਾ ਤੂੰ। ਹੁਣ ਖਾਣਾ ਆਇਆ ਨਾ, ਫਿਰ ਕੀ ਖਾਣਾ? ਰੋਲ ਪੜੀ ਜਾਂਦਾ ਹੀ ਥੱਲੇ। ਰੋਲ? ਹੈਂ? ਰੋਲ ਭਾਜੀ, ਉਹ ਇਹਨੂੰ ਰੋਲੋ, ਉਹ ਇਹਨੂੰ ਫੜ ਕੇ। ਅੱਛਾ, ਕਿਹੜਾ ਰੋਲ ਭਾਜੀ? ਮਾਰਕ ਤੈਨੂੰ ਉਮਰਾਂ ਲੰਬੀਆਂ ਬਖਸ਼ੇ। ਅੱਛਾ, ਮੈਨੂੰ ਅੱਜ ਕੱਲ੍ਹ ਯਾਰ ਨਾ ਬਾਹਰ ਜਾਣ ਦਾ ਬੜਾ ਕਰੇਜ਼ ਹੋ ਗਿਆ। ਹਾਂਜੀ, ਜਿਹੜਾ ਕਿਹੜਾ ਫੋਰਨ ਫੋਰਨ ਹਰ ਕੋਈ ਫੋਰਨ ਜਾਂਦਾ। ਹਾਂਜੀ, ਤੁਹਾਡੇ ਹਿਸਾਬ ਨਾਲ ਫੋਰਨ ਜਾਣ ਲਈ ਕੀ ਕਰਨਾ ਚਾਹੀਦਾ? ਭਾਜੀ ਫੋਰਨ ਜਾਣਾ ਹੀ ਨਹੀਂ ਚਾਹੀਦਾ, ਇੰਡੀਆ 'ਚ ਹੀ ਰਹਿ ਕੇ ਧੱਕੇ ਖਾਓ ਜਿੰਨੇ ਖਾਣੇ ਫੋਰਨ 'ਚ ਖਾਣੇ ਨੂੰ ਖਾਣੇ ਆ, ਕੰਮ ਕਾਰ ਕਰੋ ਇੱਥੇ ਆਓ। ਫੋਰਨ ਜਾ ਕੇ ਕੀ ਕਰੀਏ ਭਾਜੀ ਦੱਸ? ਨਹੀਂ, ਫੋਰਨ ਨਹੀਂ ਜਾਣਾ ਚਾਹੀਦਾ ਬੰਦੇ ਨੂੰ। ਫੋਰਨ ਜਾਣ ਲਈ ਕੀ ਕਰਨਾ ਚਾਹੀਦਾ? ਫੋਰਨ ਜਾਣ ਲਈ ਭਾਜੀ ਉਹਨੂੰ ਮਿਹਨਤ ਕਰਨੀ ਚਾਹੀਦੀ। ਮਿਹਨਤ ਕਰਨੀ ਚਾਹੀਦੀ ਦੱਬ ਕੇ, ਜਿਸ ਹਿਸਾਬ ਨਾਲ ਤੇਰਾ ਸਰੀਰ ਤੋਂ ਬੇਨਤੀ ਕਰਿਆ ਕਰ, ਮਿਹਨਤ ਨਾ ਕਰ। ਇੱਧਰ ਵੀਰ ਨੂੰ ਪੁੱਛਿਆ। ਹਾਂਜੀ ਵੀਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸ਼ੁਭ ਨਾਮ? ਜੱਸੀ। ਪੂਰਾ ਨਾਮ? ਜੱਸੀ ਜਸਦੀਪ ਸਿੰਘ ਚੌਹਾਨ। ਸਟਾਈਲ 'ਚ ਖੜਾ ਆਇਆ ਉਹਨੇ ਵੀ ਰੋਬਿਨ ਕਹਿਤਾ, ਭਾਵੇਂ ਕੁਮਾਰ ਲਾਲ ਦਾ ਵਿੱਚ। ਚਲੋ ਕੋਈ ਗੱਲ ਨਹੀਂ, ਹੱਸਣਾ ਚਾਹੀਦਾ ਯਾਰ, ਹੱਸਣ ਦਾ ਬਹਾਨਾ ਚਾਹੀਦਾ। ਕਿਉਂ ਜੀ? ਅਤੇ ਕੀ ਕਰਦੇ ਹੋ? ਮੈਂ ਡਿਪਲੋਮਾ ਕਰਦਾ ਫਿਜ਼ੀਕਲ ਐਜੂਕੇਸ਼ਨ। ਫਿਜ਼ੀਕਲ ਐਜੂਕੇਸ਼ਨ ਦਾ ਅੱਗੇ ਕੀ ਕਰਨਾ? ਅੱਗੇ ਟੀਚਰ ਲੱਗਣਾ, ਆਪਾਂ ਕੋਚ ਲੱਗਾਂਗੇ। ਅਤੇ ਕਿੱਥੋਂ ਦੇ ਰਹਿਣ ਵਾਲੇ ਹੋ? ਅਸੀਂ ਦੁਗਰੀ। ਦੁਗਰੀ? ਨਹੀਂ, ਰਹਿੰਦੇ ਕਿੱਥੇ ਜੀ? ਘਰੇ ਰਹਿੰਦੇ ਹਾਂ। ਜਵਾਬ ਦਿੱਤਾ। ਅਤੇ ਇੱਕ ਸਵਾਲ ਕਰਾਂ? ਹਾਂਜੀ ਹਾਂਜੀ, ਉਹੀ ਗੱਲ ਆ ਵੀਰ ਵਾਲੀ, ਫੋਰਨ ਜਾਣ ਲਈ ਕੀ ਕਰਨਾ ਚਾਹੀਦਾ? ਨਹੀਂ, ਜੇ ਜਿਹਦਾ ਦਿਲ ਆ ਜਾਣ ਦਾ ਉਹ ਤਾਂ ਕੁਛ ਵੀ ਕਰ ਸਕਦਾ ਬਾਈ, ਦੋ ਨੰਬਰ 'ਚ ਵੀ ਜਾ ਸਕਦਾ। ਜਿਹਦਾ ਨਹੀਂ ਦਿਲ ਉਹ ਨਹੀਂ ਜਾਣਾ ਹੀ ਨਹੀਂ। ਦਿਲ ਹੈਗਾ? ਨਾ ਨਾ, ਆਪਾਂ ਨਹੀਂ ਜਾਣਾ। ਹੈ ਨਾ, ਦਿਲ ਨਹੀਂ ਹੈਗਾ? ਉਹ ਤੂੰ ਬਿਨਾਂ ਦਿਲ ਤੋਂ ਪੁੱਛਿਆ ਕਰਦਾ। ਆਪਾਂ ਜਾਣਾ ਹੀ ਨਹੀਂ, ਬਾਹਰ ਨਹੀਂ ਜਾਣਾ, ਮਤਲਬ ਬਾਹਰ ਜਾਣ ਦਾ ਦਿਲ ਨਹੀਂ ਹੈਗਾ ਆਪਣਾ। ਕਲਾਕਾਰ ਪਸੰਦ ਨੇ? ਗਾਣੇ ਕੋਈ ਵਧੀਆ? ਕਿਹੜਾ ਵਧੀਆ ਲੱਗਦਾ ਆਪਾਂ ਨੂੰ? ਗੈਰੀ ਸੰਧੂ। ਹੈ? ਗੈਰੀ ਸੰਧੂ? ਗੈਰੀ ਸੰਧੂ ਵਧੀਆ ਲੱਗਦਾ। ਅੱਛਾ, ਤੇ ਮੈਨੂੰ ਇਹ ਦੱਸ, ਪੰਜਾਬ ਦਾ ਪ੍ਰਧਾਨ ਮੰਤਰੀ ਕੌਣ? ਪ੍ਰਧਾਨ ਮੰਤਰੀ ਤੇ ਗੈਰੀ ਸੰਧੂ ਆ, ਪ੍ਰਧਾਨ ਮੰਤਰੀ ਹੋਰ ਕੌਣ ਆ? ਗਾਣੇ ਗਾਈ ਜਾਂਦਾ, ਉਹਨੂੰ ਸੁਣੀਦਾ, ਹੋਰ ਨਿਊਜ਼ ਤਾਂ ਦੇਖਦੇ ਘੱਟ ਹੀ ਆ। ਅੱਛਾ, ਹੋਰ? ਅੱਛਾ, ਚੱਲ ਕੋਈ ਨਹੀਂ। ਹਾਂਜੀ ਵੀਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ। ਸ਼ੁਭ ਨਾਮ? ਹਰਮਨ। ਇਹਨਾਂ ਸ਼ਰਮਾ ਕੇ ਰਿਹਾ ਵੀ? ਨਾ ਨਾ, ਸ਼ਰਮਾ ਨਾ ਲਈ। ਅੱਛਾ, ਕਿਹੜੀ ਕਲਾਸ ਪੜ੍ਹਦੇ ਹੋ? ਮੈਂ ਪਲੱਸ ਟੂ ਜੀ। ਪਲੱਸ ਟੂ ਦੇ ਵਿੱਚ? ਪਲੱਸ ਟੂ ਸਬਜੈਕਟ ਕਮਰਸ ਆ ਜੀ। ਕਮਰਸ ਰੱਖੀ ਹੋਈ ਆ, ਤੇ ਫਿਰ ਐਨਕ ਮੋਟੀ ਲੱਗ ਗਈ ਜਿੱਦਾਂ ਨੌਨ ਮੈਡੀਕਲ ਵਾਲੇ ਲੱਗਦੇ ਨੇ? ਕਮਰਸ ਵੀ ਸੌਖੀ ਨਹੀਂ ਹੈਗੀ ਵੈਸੇ, ਔਖੀ ਆ ਨਾ? ਠੀਕ ਆ, ਫੋਰਨ ਜਾਣ ਲਈ ਕੀ ਕਰਨਾ ਚਾਹੀਦਾ? ਇਹ ਤਾਂ ਉਹਨਾਂ ਨੂੰ ਪਤਾ ਹੋਵੇ ਜਿਨ੍ਹਾਂ ਨੇ ਜਾਣਾ ਬਾਹਰ, ਆਪਾਂ ਜਾਣਾ ਹੀ ਨਹੀਂ। ਨਹੀਂ ਜਾਣਾ? ਬਾਹਲਾ ਦੁਖੀ ਜਿਹਾ ਲੱਗਦਾ ਯਾਰ, ਖੁਸ਼ ਕਾਸ ਰੱਖਿਆ ਕਰੋ। ਮੁਲਾਜ਼ਮਾ ਮੁੰਡਾ ਨਾ, ਤਾਂ ਦੁਖੀ ਆ, ਕੋਟੀ ਪੈਂਦੀ ਰਹਿੰਦੀ ਨਹੀਂ ਸਾਰੀ ਦਿਹਾੜੀ। ਅੱਛਾ, ਤੇ ਇੱਕ ਤੁਹਾਨੂੰ ਹੋਰ ਸਵਾਲ ਪੁੱਛਾਂ? ਪੁੱਛੋ। ਵੀਰ ਨੂੰ ਪੁੱਛਿਆ ਸੀ। ਹਾਂਜੀ। ਅੱਛਾ, ਪੰਜਾਬ ਦਾ ਪ੍ਰਧਾਨ ਮੰਤਰੀ ਕੌਣ? ਪ੍ਰਧਾਨ ਮੰਤਰੀ ਪਤਾ ਨਹੀਂ। ਤਾਂ ਜਵਾਬ ਜਿਹੜਾ ਮੈਂ ਦੇਵਾਂਗਾ, ਪਰ ਤੁਹਾਨੂੰ ਹਾਲੇ ਨਹੀਂ ਦੇਵਾਂਗਾ, ਅੱਗੇ ਜਾ ਕੇ ਹੋਰਾਂ ਨੂੰ ਵੀ ਪੁੱਛਣਾ। ਜਵਾਬ ਉਦੋਂ ਦੇਵਾਂਗਾ ਤਾਂ ਤੁਸੀਂ ਖਾਓ ਨਾਲ ਸੋਚੋ। ਲਓ ਜੀ, ਹਾਂਜੀ ਸਾਰੀ ਟੀਮ ਨੂੰ ਬੇਨਤੀ ਹੈ ਕਿ ਬਾਈ ਜੀ ਹੁਣ ਕਹਿਤਾ ਆਜੋ ਖਾ ਲਓ, ਤੇ ਸਾਰੇ ਜਿਹੜੇ ਆਓ ਤੇ ਇਹਨਾਂ ਦਾ ਵੱਡਾ ਸਾਰਾ ਬਿੱਲ ਬਣਾਓ, ਤੇ ਮੈਂ ਅੱਗੇ ਚੱਲ ਕੇ ਗੱਲਬਾਤ ਕਰਦਾ। ਉਹ ਬਾਈ ਜੀ, ਕੀ ਆਰਡਰ ਕਰ ਰਹੇ ਹੋ? ਬਰਗਰ ਜੀ। ਹੈ? ਬਰਗਰ? ਬਰਗਰ ਆਰਡਰ ਕਰ ਰਹੇ ਹੋ? ਹਾਂਜੀ। ਫਿਰ ਕਿੰਨੇ ਕਿਤੇ? ਇੱਕ ਕਿ ਦੋ? ਇੱਕ ਹੀ ਕੀਤਾ ਬਾਜੀ। ਅੱਛਾ, ਮੇਰੇ ਲਈ? ਹਾਂਜੀ। ਮੇਰੇ ਲਈ ਕਿਤੇ ਇੱਕ? ਚਲੋ ਤੁਸੀਂ ਖਾ ਲਿਓ। ਪੈਸੇ ਤੁਸੀਂ ਦੇਣੇ ਦੇ? ਮੈਂ ਦੇ ਦਾਂਗਾ। ਨਹੀਂ ਚਲੋ ਕੋਈ ਗੱਲ ਨਹੀਂ, ਆਪਾਂ ਅੱਧਾ ਕਰ ਲਾਂਗੇ। ਚਲੋ ਇੱਦਾਂ ਕਰ ਲਾਂਗੇ। ਇੱਦਾਂ ਕਰ ਲਈਏ ਨਾ। ਹਾਂਜੀ, ਇੱਦਾਂ ਕਰ ਲਾਂਗੇ। ਇਹ ਨਹੀਂ ਕਿਹਾ ਵੀ ਦੋ ਪਗਾ ਲੈਂਦੀ ਆ ਵੀ ਚੱਲ, ਚਲੋ ਕੋਈ ਗੱਲ ਨਹੀਂ। ਪੈਸੇ ਨਹੀਂ ਇੰਨੇ, ਦੋ ਜੁਗੇ ਲੈ ਆਈ, ਇੱਕ ਜੁਗੇ ਮੈਂ। ਕੋਈ ਗੱਲ ਨਹੀਂ, ਕੋਈ ਅੱਧਾ ਅੱਧਾ ਕਰ ਲਾਂਗੇ। ਅੱਛਾ, ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ। ਮੇਰਾ ਜੀ ਹੈਰੀ। ਹੈਰੀ? ਹਾਂਜੀ। ਹੈਰੀ ਪੌਂਟਰ? ਨਹੀਂ ਨਹੀਂ, ਇਕੱਲਾ ਹੈਰੀ। ਹੈਰੀ ਮੱਲੀ ਜੀ? ਹੈਰੀ ਮੱਲੀ? ਹਾਂਜੀ। ਅੱਛਾ, ਤੇ ਮੱਲੀ ਸਾਹਿਬ ਕਿੱਥੋਂ ਦੇ ਰਹਿਣ ਵਾਲੇ ਜੀ? ਮੈਂ ਜੀ ਨਵਾਂ ਸ਼ਹਿਰ ਤੋਂ। ਨਵਾਂ ਸ਼ਹਿਰ ਤੋਂ? ਹਾਂਜੀ। ਤੇ ਅੱਜ ਫਿਰ ਇੱਥੇ? ਇੱਥੇ ਭੂਆ ਕੋਲ ਆਇਆ ਸੀ। ਅੱਛਾ, ਭੂਆ ਕੋਲ ਆਏ? ਹਾਂਜੀ। ਭੂਆ ਕੋਲ ਆਏ ਸੀ? ਹੋਰ? ਅੱਛਾ ਅੱਛਾ, ਤੇ ਕੀ ਕਰਦੇ ਹੋ? ਮੈਂ ਸਟੱਡੀ ਕਰ ਰਿਹਾ। ਸਟੱਡੀ ਕਰ ਰਹੇ ਹੋ? ਹਾਂਜੀ। ਹੁਣ ਤਾਂ ਇੱਥੇ ਖਾਣ ਪੀਣ ਆਏ ਹੋਏ ਜੀ? ਹੁਣ ਤਾਂ ਖਾਣ ਪੀਣ ਆਇਆ। ਮੈਂ ਤੈਨੂੰ ਪੁੱਛਿਆ ਹੁਣ ਕੀ ਕਰਦੇ ਜੀ? ਤੁਸੀਂ ਸਟੱਡੀ ਕਰਦੇ, ਹੁਣ ਤਾਂ ਖਾਣ ਪੀਣ ਆਏ ਜੀ? ਹਾਂਜੀ। ਅੱਛਾ, ਖਾਣ ਪੀਣ 'ਚ ਸਭ ਤੋਂ ਵਧੀਆ ਚੀਜ਼ ਕਿਹੜੀ ਲੱਗਦੀ? ਬਸ ਜੀ, ਬਰਗਰ ਹੀ।
ਬਸ ਜੀ ਬਰਗਰ ਜੀ ਇਹ ਕਿਹੜੀ ਨਵੀਂ ਵੈਰਾਈਟੀ ਆ ਗਈ ਬਰਗਰ ਦੀ ਬਸ ਇਹ ਹੁਣ ਖਾਣ ਲੱਗੇ ਤੁਹਾਨੂੰ ਵੀ ਖਾ ਦਿੰਦੇ ਕੋਈ ਨਹੀਂ ਅੱਛਾ ਹਾਂਜੀ ਅੱਛਾ ਅੱਛਾ ਵੈਸੇ ਕਿਹਾ ਬਸ ਬਰਗਰ ਹੀ ਮੈਨੂੰ ਲੱਗਿਆ ਬਸ ਜੀ ਬਰਗਰ ਹੀ ਨਹੀਂ ਨਹੀਂ ਬਸ ਬਰਗਰ ਹੀ ਅੱਛਾ 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 ਬਸ ਬਰਗਰ ਹੀ ਹਾਂਜੀ ਕਿਆ ਬਾਤ ਹੈ ਕਿਆ ਬਾਤ ਹੈ ਬੜਾ ਐਕਸਪਲੇਨ ਕਰਕੇ ਵੀਰ ਨੇ ਦੱਸਿਆ ਤੇ ਮੈਂ ਤੈਨੂੰ ਖਾਣ ਪੀਣ ਦੇ ਨਾਲ ਲੱਗਦਾ ਇੱਕ ਸਵਾਲ ਕਰਾਂ ਹਾਂਜੀ ਖਾਣ ਪੀਣ ਦੀ ਉਹ ਕਿਹੜੀ ਚੀਜ਼ ਹੈ ਜਿਹੜੀਆਂ ਔਰਤਾਂ ਪਾਉਂਦੀਆਂ ਵੀ ਹੈ ਤੇ ਖਾਂਦੀਆਂ ਵੀ ਹੈ ਖਾ ਬੰਦੇ ਵੀ ਲੈਂਦੇ ਬੰਦੇ ਵੀ ਖਾ ਲੈਂਦੇ ਆ ਤੇ ਔਰਤਾਂ ਪਾਉਂਦੀਆਂ ਵੀ ਆ ਔਰਤਾਂ ਪਾ ਵੀ ਲੈਂਦੀਆਂ ਖਾ ਵੀ ਲੈਂਦੀਆਂ ਪਰ ਬੰਦੇ ਵੀ ਖਾ ਲੈਂਦੇ ਨੇ ਬੰਦੇ ਪਾਉਂਦੇ ਨਹੀਂ ਪਤਾ ਨਹੀਂ ਅੱਜ ਕੱਲ੍ਹ ਉਹ ਵੀ ਪਾਈ ਫਿਰਦੇ ਨੇ ਪਤਾ ਨਹੀਂ ਨਹੀਂ ਪਤਾ ਚੱਲ ਐਂ ਦੱਸ ਪੰਜਾਬ ਦਾ ਪ੍ਰਧਾਨ ਮੰਤਰੀ ਕੌਣ ਪੰਜਾਬ ਦਾ ਪ੍ਰਧਾਨ ਮੰਤਰੀ ਆਈ ਨਹੀਂ ਕੋਈ ਅੱਛਾ ਉਹ ਤਾਂ ਭਾਰਤ ਦਾ ਹੋਇਆ ਇੰਡੀਆ ਦਾ ਮੁੱਖ ਮੰਤਰੀ ਕੌਣ ਇੰਡੀਆ ਦਾ ਮੁੱਖ ਮੰਤਰੀ ਵੀ ਹੋਇਆ ਵੱਧ ਗਿਆ ਅੱਛਾ ਨਹੀਂ ਪਤਾ ਜਵਾਬ ਨਹੀਂ ਪਤਾ ਮੈਂ ਦੱਸਾਂ ਜੋ ਦੱਸੋ ਦੇ ਦਾਂ ਜਵਾਬ ਦੇ ਦੋ ਪੱਕਾ ਦੇ ਦੋ ਬਰਗਰ ਹੋ ਜਾਏ ਫਿਰ ਹਾਂਜੀ ਹਾਂਜੀ ਉਹ ਤਾਂ ਮੈਂ ਵੈਸੇ ਵੀ ਖਾ ਲੈਣਾ ਜਵਾਬ ਜਿਹੜਾ ਉਹ ਮੈਂ ਦੇਣ ਜਾ ਰਿਹਾ ਤੁਹਾਨੂੰ ਪਰ ਇੱਥੇ ਨਹੀਂ ਦੇਵਾਂਗਾ ਪ੍ਰੋਗਰਾਮ ਦੇ ਐਂਡ ਦੇ ਵਿੱਚ ਦੇਵਾਂਗਾ ਪ੍ਰੋਗਰਾਮ ਦੇਖੋਗੇ ਉੱਥੇ ਹੀ ਪਤਾ ਲੱਗੂ ਜਵਾਬ ਕੀ ਆ ਜਵਾਬ ਮੈਂ ਨਹੀਂ ਦੇਣਾ ਕਿਉਂਕਿ ਜਵਾਬ ਆਪਾਂ ਸਸਪੈਂਸ ਰੱਖਣਾ ਹੈ ਹੋਰਾਂ ਨੂੰ ਵੀ ਪੁੱਛਣਾ ਸਵਾਲ ਆਓ ਚੱਲਦੇ ਭਾਜੀ ਥੋੜ੍ਹਾ ਜਿਹਾ ਇੱਧਰ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਔਡਰ ਕਰ ਰਹੇ ਔਡਰ ਅਸੀਂ ਚਾਂਪ ਕਰਨ ਆਏ ਜੀ ਇੱਥੇ ਹੈ ਚਾਂਪ ਅੱਛਾ ਕਿੰਨੇ ਕੁ ਔਡਰ ਕੀਤੇ ਜੀ ਕੀਤਾ ਤਾਂ ਹਾਫ ਹੀ ਹੈ ਜੀ ਪੈਸੇ ਘੱਟ ਸੀਗੇ ਮਤਲਬ ਮੇਰੇ ਲਈ ਕੀਤਾ ਹੋਣਾ ਤੁਸੀਂ ਆਪ ਤੁਹਾਨੂੰ ਪਤਾ ਤੁਸੀਂ ਖਾ ਲਿਓ ਕੋਈ ਨਹੀਂ ਕਾਕਾ ਆ ਰਿਹਾ ਹਾਂ ਹਾਂ ਚਲੋ ਕੋਈ ਨਹੀਂ ਇੰਚ ਕਿਹੜੀ ਗੱਲ ਹੈ ਜੀ ਦੱਸੋ ਰਲ ਮਿਲ ਕੇ ਖਾਵਾਂਗੇ ਹਾਂ ਲਾ ਬਿਲਕੁਲ ਜੀ ਬਿਲਕੁਲ ਖੰਡ ਖਾਓ ਬਿਲਕੁਲ ਬਿਲਕੁਲ ਅੱਛਾ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਕਰਦੇ ਕੀ ਹੋ ਮੇਰਾ ਬਿਜ਼ਨਸ ਹੈ ਜੀ ਕਿਸ ਚੀਜ਼ ਦਾ ਚਾਂਪ ਦਾ ਜੀ ਅੱਛਾ ਜੀ ਹਾਂਜੀ ਜੀ ਆਹ ਮੇਰੇ ਹੀ ਹੈ ਜੀ ਸਾਹਮਣੇ ਯਾਰ ਫਿਰ ਤਾਂ ਹਾਫ ਪਲੇਟ ਚਲੋ ਕਹਿਣ ਚ ਕੀ ਜਾ ਰਿਹਾ ਸੀਗਾ ਜੀ ਚਲੋ ਬੜੀ ਸਕੀਮੀ ਹੈ ਇਹੋ ਜਿਹੇ ਬੰਦੇ ਬਿਜ਼ਨਸ ਨਾ ਬੜਾ ਅੱਗੇ ਲੈ ਜਾਂਦੇ ਬੜੀ ਸਕੀਮ ਲਾਈ ਆ ਜਿਹੜਾ ਪੁੱਛਿਆ ਬਿਜ਼ਨਸ ਕੀ ਆ ਬਿਜ਼ਨਸ ਸਾਡਾ ਆਹੀ ਆ ਤੇ ਫਿਰ ਹੋ ਜੇ ਫਿਰ ਕੁਛ ਮਹਾਰਾਜ ਦੱਸੋ ਕੀ ਖਾਊਂਗੇ ਬਾਅਦ ਚ ਪਹਿਲਾਂ ਇੱਕ ਗੱਲ ਹੋ ਜੇ ਜੀ ਹੈ ਜੀ ਆਣ ਦਿਓ ਜੀ ਗੱਲ ਇਹ ਆ ਖਾਣ ਪੀਣ ਦੇ ਨਾਲ ਰਲਦਾ ਸਵਾਲ ਕਰਾਂ ਹਾਂਜੀ ਕਰੋ ਖਾਣ ਪੀਣ ਦੀ ਉਹ ਕਿਹੜੀ ਚੀਜ਼ ਹੈ ਜਿਹੜੀਆਂ ਔਰਤਾਂ ਪਾਉਂਦੀਆਂ ਵੀ ਆ ਤੇ ਖਾਂਦੀਆਂ ਵੀ ਆ ਖਾ ਬੰਦੇ ਵੀ ਲੈਂਦੇ ਆ ਅੱਛਾ ਪਾਉਂਦੀਆਂ ਵੀ ਨੇ ਖਾਂਦੀਆਂ ਵੀ ਨੇ ਤੇ ਖਾ ਬੰਦੇ ਵੀ ਲੈਂਦੇ ਬੰਦੇ ਵੀ ਖਾ ਲੈਂਦੇ ਆ ਉੱਥੋਂ ਭਾਜੀ ਕੁਛ ਨਹੀਂ ਆਉਣਾ ਤਾਂ ਸ਼ਾਇਦ ਆ ਜਾਵੇ ਕੁਛ ਸੋਚੋ ਮੈਂ ਇਧਰ ਅੰਕਲ ਨੂੰ ਪੁੱਛਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸ਼ੁਭ ਨਾਮ ਅੰਕਲ ਜੀ ਇੰਦਰਜੀਤ ਸਿੰਘ ਇੰਦਰਜੀਤ ਜੀ ਆਪਣਾ ਵੈਸੇ ਕੀ ਬਿਜ਼ਨਸ ਆ ਜੀ ਮੇਰਾ ਬਿਜ਼ਨਸ ਕੁਰਕਰੇ ਪਾਪੜੀ ਦੀ ਫੈਕਟਰੀ ਹੈ ਅੱਛਾ ਜੀ ਕੁਰਕਰੇ ਪਾਪੜੀ ਦੀ ਫੈਕਟਰੀ ਜਿਹੜੇ ਕਿ ਅੱਜ ਕੱਲ੍ਹ ਬੱਚੇ ਬਹੁਤ ਜ਼ਿਆਦਾ ਖਾਂਦੇ ਨੇ ਸਾਡੇ ਕੈਮਰਾਮੈਨ ਉਹ ਵੀ ਬਹੁਤ ਖਾਂਦੇ ਨੇ ਅਤੇ ਅੰਕਲ ਜੀ ਉਹਨਾਂ ਦਾ ਨੰਬਰ ਲੈ ਕੇ ਜਾਵਾਂਗੇ ਲੱਗੇ ਰੇਟ ਮਿਲ ਜਾਏਗਾ ਥੋਕ ਰੇਟਾਂ 'ਚ ਫਰੀ ਮਿਲ ਜਾਏਗਾ ਅੱਛਾ ਜੀ ਹੁਣ ਪੂਰੀ ਗੱਲ ਨੋਟ ਕੀਤੀ ਜਾਵੇ ਬਾਅਦ 'ਚ ਅੰਕਲ ਮੁੱਕਰ ਨਾ ਜਾਣਾ ਅਤੇ ਕਦੀ ਫਿਰ ਖਾਣ ਰਿਕਾਰਡਿੰਗ ਕਰ ਲਓ ਕਰ ਲਈ ਆ ਜੀ ਰਿਕਾਰਡਿੰਗ ਸਵਾਲ ਤੁਹਾਡੇ ਲਈ ਵੀ ਹੋਇਆ ਖਾਣ ਪੀਣ ਦੀ ਉਹ ਕਿਹੜੀ ਚੀਜ਼ ਹੈ ਜਿਹੜੀਆਂ ਔਰਤਾਂ ਪਾਉਂਦੀਆਂ ਵੀ ਆ ਅਤੇ ਖਾਂਦੀਆਂ ਵੀ ਆ ਖਾ ਬੰਦੇ ਵੀ ਲੈਂਦੇ ਆ ਏਦਾਂ ਕਰੋ ਭਾਜੀ ਤੁਸੀਂ ਨਾ ਯਾਦਦਾਸ਼ਤ ਦੀਆਂ ਗੋਲੀਆਂ ਖਾਇਆ ਕਰੋ ਐਵੇਂ ਪਤਾ ਕੀ ਰਾਤ ਨੂੰ ਬੰਦ ਕਰਕੇ ਜਾਓਗੇ ਕਿਸੇ ਹੋਰ ਪਾਸੇ ਚੱਲ ਜਾਓਗੇ ਘਰ ਦੇ ਲੱਭਦੇ ਫਿਰਨਗੇ ਫਾਇਦਾ ਭਾਜੀ ਰਾਤ ਨੂੰ 10 ਵਜੇ ਤੋਂ ਬਾਅਦ ਜਦੋਂ ਜਨਾਨੀ ਦਾ ਫੋਨ ਆਉਂਦਾ ਨਾ ਤਾਂ ਕਿਤੇ ਬੰਦਾ ਜਾਂਦਾ ਨਹੀਂ ਸਿੱਧਾ ਇਹੀ ਜਾਂਦਾ ਲਓ ਜੀ ਕਹਿੰਦੇ ਜ਼ਿੰਦਗੀ ਚ ਤਜਰਬਾ ਹੋਣਾ ਬੜਾ ਜ਼ਰੂਰੀ ਆ ਤੇ ਮੇਰੇ ਤੁਸੀਂ ਇਹਦੇ ਲਈ ਸਾਈਡ ਦੇਖ ਸਕਦੇ ਹੋ ਕਿ ਤਜਰਬਾ ਜਿਹੜਾ ਉਹ ਬਿਲਕੁਲ ਪੂਰਾ ਇਕੱਠਾ ਹੋਇਆ ਇਹਨਾਂ ਨਾਲ ਹੀ ਆਪਾਂ ਗੱਲਬਾਤ ਕਰਦੇ ਹਾਂ ਮੈਨੂੰ ਲੱਗਦਾ ਕਿ ਜਿਹੜਾ ਮੇਰਾ ਸਵਾਲ ਉਹਦਾ ਜਵਾਬ ਇੱਥੋਂ ਮੈਨੂੰ ਮਿਲ ਜਾਏਗਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੁਣ ਸ਼ੁਰੂ ਕਿੱਥੋਂ ਕਰਾਂ ਕਿਉਂਕਿ ਮੇਰੇ ਲਈ ਸਾਰੇ ਰਿਸਪੈਕਟਰ ਨੇ ਉੱਧਰੋਂ ਸ਼ੁਰੂ ਕਰਾਂ ਉਹ ਸਾਰਾ ਗਰੁੱਪ ਹੀ ਦਲੇਰ ਆ ਕਹਿੰਦੇ ਕੋਈ ਗੱਲ ਨਹੀਂ ਜਿੱਧਰੋਂ ਮਰਜ਼ੀ ਆਓ ਕੋਈ ਗੱਲ ਨਹੀਂ ਪਰਵਾਹ ਨਹੀਂ ਅੱਛਾ ਇੱਥੋਂ ਸ਼ੁਰੂ ਕਰ ਲਈ ਵਿਚਾਲੂ ਕਰ ਲਈ ਹੈ ਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਤਿ ਸ਼੍ਰੀ ਅਕਾਲ ਬੜਾ ਕਹਿੰਦੀ ਆਪਾਂ ਤਾਂ ਗੱਲ ਪੜ੍ਹ ਲਈ ਅੱਛਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਂਟੀ ਸ਼ੁਭ ਨਾਮ ਰਵਿੰਦਰ ਕੌਰ ਮੈਂ ਤੁਹਾਨੂੰ ਇੱਕ ਨਿੱਕਾ ਜਿਹਾ ਸਵਾਲ ਕਰਾਂ ਲੇਡੀਜ਼ ਦਾ ਸਵਾਲ ਆ ਉਹ ਕਿਹੜੀ ਚੀਜ਼ ਹੈ ਜਿਹੜੀਆਂ ਅਕਸਰ ਔਰਤਾਂ ਪਾਉਂਦੀਆਂ ਵੀ ਅਤੇ ਖਾਂਦੀਆਂ ਵੀ ਆ ਖਾ ਬੰਦੇ ਵੀ ਲੈਂਦੇ ਆ ਆਂਟੀ ਮਗਰੋਂ ਬੋਲੇ ਆਂਟੀ ਤਾਂ ਬੜਾ ਤਜਰਬਾ ਕਹਿੰਦੀ ਜੁੱਤੀ ਆ ਵੈਸੇ ਤਾਂ ਅਸੀਂ ਇਹ ਸੁਣਿਆ ਕਿ ਔਰਤਾਂ ਜਿਹੜੀਆਂ ਉਹ ਮਾਰਦੀਆਂ ਜ਼ਿਆਦਾ ਤੇ ਖਾਂਦੀਆਂ ਘੱਟ ਆ ਪਰ ਆਂਟੀ ਖਾਂਦੀਆਂ ਨਵੀਆਂ ਮਾਰਦੀਆਂ ਨੇ ਆਂਟੀ ਮੈਨੂੰ ਲੱਗਦਾ ਫਿਰ ਨੂੰਹ ਨਾਲ ਬਣਦੀ ਆ
ਬੱਚੇ ਕਰਦੇ ਆਪਾਂ ਕੀ ਕਰਨਾ ਨੀ ਪੈਸੇ ਲੱਗੇ ਬਾਹਰ ਪੈਸੇ ਤਰੀਕਾ ਫ੍ਰੀ ਚ ਘੁੰਮ ਲੋ ਨਹੀਂ ਬੱਚੇ ਲਗਾ ਦੇ ਆਪਾਂ ਲਾਗੇ ਨਹੀਂ ਫ੍ਰੀ ਚ ਕੋਈ ਘੁੰਮਣਾ ਕਿੱਟੀ ਪਾਰਟੀ ਜ਼ਿੰਦਗੀ ਦਾ ਜਿਹੜਾ ਤਜਰਬਾ ਨਾ ਤਜਰਬਾ ਮੇਰੇ ਆਸੇ ਪਾਸੇ ਬਹੁਤ ਆ ਜੇ ਆਪਾਂ ਕਹੀਏ ਨਾ ਹਰ ਗੱਲ ਦਾ ਇਹਨਾਂ ਕੋਲ ਜਵਾਬ ਹੈਗਾ ਪਰ ਕਹਿੰਦੇ ਨਾ ਵੀ ਜ਼ਿੰਦਗੀ ਜਿਹਨੇ ਹੰਡਾਈ ਹੈ ਇੰਜੋਇਮੈਂਟ ਸਾਰੀ ਉਮਰ ਬੰਦਾ ਕਬੀਲਦਾਰੀਆਂ ਦੇ ਵਿੱਚ ਰਹਿ ਜਾਂਦਾ ਪਰ ਆਪਣੇ ਲਈ ਵੀ ਜਾਣਾ ਚਾਹੀਦਾ ਆ ਹੱਸਣਾ ਖੇਡਣਾ ਉਹ ਬੜਾ ਜ਼ਰੂਰੀ ਆ ਹਾਂਜੀ ਸਵਾਲ ਕਰਾਂ ਤੁਹਾਨੂੰ ਇੱਕ ਨਿੱਕਾ ਜਿਹਾ ਬੋਲੋ ਪੰਜਾਬ ਦਾ ਪ੍ਰਧਾਨ ਮੰਤਰੀ ਕੌਣ ਆ ਪੰਜਾਬ ਦਾ ਮੋਦੀ ਹੋਰ ਕੌਣ ਨੇ ਹੋਣਾ ਹੈ ਮੋਦੀ ਹੈਗਾ ਹੋਰ ਮੋਦੀ ਹੈਗਾ ਹਾਂਜੀ ਚਲੋ ਠੀਕ ਹੈ ਚਲੋ ਠੀਕ ਹੈ ਹਾਂਜੀ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸ਼ੁਭ ਨਾਮ ਜੀ ਸੁਰਿੰਦਰ ਕੌਰ ਸੁਰਿੰਦਰ ਕੌਰ ਜੀ ਕੀ ਕਰਦੇ ਹੋ ਤੁਸੀਂ ਹਾਊਸ ਵਾਈਫ ਹੋ ਅੱਛਾ ਤੇ ਸਵਾਲ ਤੁਹਾਨੂੰ ਮੈਂ ਇੱਕ ਕਰ ਰਿਹਾ ਕਿ ਉਹੀ ਖਾਣ ਪੀਣ ਦੀ ਕਿਹੜੀ ਚੀਜ਼ ਆ ਜਿਹੜੀਆਂ ਔਰਤਾਂ ਪਾਉਂਦੀਆਂ ਵੀ ਆ ਤੇ ਖਾਂਦੀਆਂ ਖਾ ਬੰਦੇ ਵੀ ਲੈਂਦੇ ਆ ਨਹੀਂ ਉਹਦਾ ਤਾਂ ਉਹੀ ਜਵਾਬ ਹੈ ਜਿਹੜਾ ਮਿਲ ਚੁੱਕਿਆ ਤੁਹਾਨੂੰ ਕਿਹੜਾ ਜੀ ਜੁੱਤੀਆਂ ਤੁਸੀਂ ਬਾਰ-ਬਾਰ ਤੁਸੀਂ ਨਹੀਂ 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 ਬੜਾ ਵਧੀਆ ਜਵਾਬ ਆ ਸੋਚੋ ਨਹੀਂ ਫਿਰ ਮੈਨੂੰ ਨਹੀਂ ਪਤਾ ਨਹੀਂ ਪਤਾ ਜੀ ਮੈਂ ਦੱਸਦਾ ਹਾਂਜੀ ਹਾਂਜੀ ਨਹੀਂ ਮੈਂ ਵੀ ਨਹੀਂ ਦੱਸਣਾ ਕਿਉਂਕਿ ਮੈਂ ਸਸਪੈਂਸ ਰੱਖ ਕੇ ਚੱਲਣਾ ਅੱਛਾ ਚਲੋ ਜੇ ਤੁਸੀਂ ਕਹਿੰਦੇ ਹੋ ਤੇ ਜਵਾਬ ਮੈਂ ਤੁਹਾਨੂੰ ਦੇ ਦਾਂ ਜੀ ਹਾਂਜੀ ਨਹੀਂ ਦੇਣਾ ਕਿਉਂਕਿ ਸੋਮਵਾਰ ਨੂੰ ਤੁਸੀਂ ਰਾਤ ਨੂੰ 8 ਵਜੇ ਪ੍ਰੋਗਰਾਮ ਵੇਖੋਗੇ ਉਹਦੇ 'ਚ ਮੈਂ ਜਵਾਬ ਦੇ ਕੇ ਜਾਵਾਂਗਾ ਸਾਰਿਆਂ ਨੇ ਤੁਸੀਂ ਪ੍ਰੋਗਰਾਮ ਦੇਖਣਾ ਤੇ ਜਵਾਬ ਪ੍ਰੋਗਰਾਮ ਦੇ ਵਿੱਚ ਮੈਂ ਜ਼ਰੂਰ ਦੇ ਕੇ ਜਾਵਾਂਗਾ ਅਤੇ ਚੜ੍ਹਦੀ ਕਲਾ ਟਾਈਮ ਟੀਵੀ 'ਤੇ ਹਰ ਸੋਮਵਾਰ ਨੂੰ ਰਾਤ ਨੂੰ 8 ਵਜੇ ਤੁਸੀਂ ਵੇਖ ਸਕਦੇ ਹੋ ਔਰ ਸ਼ੁੱਕਰਵਾਰ ਸ਼ਾਮ ਨੂੰ 4 ਵਜੇ ਤੁਸੀਂ ਵੇਖ ਸਕਦੇ ਹੋ ਪ੍ਰੋਗਰਾਮ ਦਾ ਨਾਂ ਜੀ ਟਰੈਵਲ ਮਸਤੀ ਦੀ ਗੱਡੀ ਉਹ ਚੱਲ ਰਹੀ ਆ ਅਤੇ ਹੋਰ ਵੀ ਆਪਾਂ ਹੱਸੀ ਮਜ਼ਾਕ ਕਰਨਾ ਪਰ ਅੱਗੇ ਚੱਕੀ ਚਲੋ ਜੀ ਗੱਲਬਾਤ ਚੱਲ ਰਹੀ ਹੈ ਸਵਾਲ ਜਵਾਬ ਵੀ ਚੱਲ ਰਹੇ ਨੇ ਕੋਈ ਕੋਈ ਜਵਾਬ ਦੇ ਪਾਉਂਦਾ ਕੋਈ ਕੋਈ ਨਹੀਂ ਦੇ ਪਾਉਂਦਾ ਵੈਸੇ ਹੁਣ ਤੱਕ ਮੈਨੂੰ ਬਹੁਤ ਘੱਟ ਮਿਲੇ ਜਿੰਨਾ ਜਵਾਬ ਦਿੱਤਾ ਪਰ ਆਪਣੇ ਕੋਲ ਸਵਾਲ ਵੀ ਹੋਰ ਬੜੇ ਸਾਰੇ ਨੇ ਤਾਂ ਇੱਧਰ ਮੇਰੇ ਨਾਲ ਭਾਈ ਸਾਹਿਬ ਵੀਰ ਭਰਾ ਜੁੜ ਚੁੱਕੇ ਨੇ ਗੱਲਬਾਤ ਇਹਨਾਂ ਨਾਲ ਵੀ ਕਰਦੇ ਸ਼ੁਰੂ ਇੱਧਰੋਂ ਕਰਦੇ ਹਾਂ ਕਿਉਂਕਿ ਵੀਰ ਲੰਬਾ ਬੜਾ ਹਾਂਜੀ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸ਼ੁਭ ਨਾਮ ਸੰਦੀਪ ਸਿੰਘ ਜੀ ਕੀ ਕਰਦੇ ਹੋ ਮੈਂ ਬਸ ਇੱਥੇ ਵਿਹਲੇ ਹੀ ਕਿੱਡੀ ਸ਼ਾਨ ਨਾਲ ਬੰਦਾ ਦੱਸਣ ਦਿਆ ਮੈਂ ਬਸ ਇੱਥੇ ਵਿਹਲੇ ਹੀ ਹੁਣ ਤੁਹਾਨੂੰ ਪਤਾ ਹੀ ਆ ਘਰੇ ਟਾਈਮ ਪਾਸ ਹੁੰਦਾ ਇੱਥੇ ਕੰਮ ਕਰ ਪੰਜਾਬ ਦਾ ਪ੍ਰਧਾਨ ਮੰਤਰੀ ਨਹੀਂ ਮੁੱਖ ਮੰਤਰੀ ਹੈਗਾ ਜੀ ਅੱਛਾ ਜੀ ਹਾਂਜੀ ਤੇ ਇੰਡੀਆ ਦਾ ਮੁੱਖ ਮੰਤਰੀ ਕੌਣ ਆ ਆਪਣੇ ਇੰਡੀਆ ਦਾ ਮੁੱਖ ਮੰਤਰੀ ਕਿਹੜਾ ਹੈ ਪੰਜਾਬ ਦਾ ਉਹੀ ਗੱਲ ਕਹਿੰਦਾ ਸਟੇਟਾਂ ਦਾ ਹੈਗਾ ਨਾ ਸਟੇਟਾਂ ਦਾ ਅਲੱਗ ਅਲੱਗ ਇੰਡੀਆ ਦਾ ਨਹੀਂ ਪਤਾ ਕੌਣ ਆ ਨਹੀਂ ਤੁਸੀਂ ਦੱਸ ਦਿਓ ਹੈ ਤੁਸੀਂ ਦੱਸ ਦਿਓ ਨਹੀਂ ਮੈਂ ਜੀ ਦੱਸਦਾ ਫਿਰ ਸਵਾਲ ਤਾਂ ਮੈਂ ਕੀਤਾ ਨਹੀਂ ਤੁਸੀਂ ਦੱਸ ਦਿਓ ਕੋਈ ਚੱਕਰ ਨਹੀਂ ਤੁਹਾਨੂੰ ਪੁੱਛਿਆ ਵੀ ਤੂੰ ਪੇਪਰ 'ਚ ਲਿਖਦਾ ਨਹੀਂ ਨਹੀਂ ਇਹ ਤਾਂ ਨਹੀਂ ਪਤਾ ਨਹੀਂ ਨਹੀਂ ਪਤਾ ਪੱਕਾ ਨਹੀਂ ਪਤਾ ਨਹੀਂ ਸੋਚ ਲਓ ਤਾਂ ਸੋਚੋ ਤੁਸੀਂ ਮੈਂ ਇੱਧਰ ਵੀਰ ਨੂੰ ਪੁੱਛਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਭ ਨਾਮ ਵਿਕਾਸ ਕਪੂਰ ਵਿਕਾਸ ਜੀ ਕੀ ਕਰਦੇ ਹੋ ਜੋਬ ਕਰਦੇ ਹੋ ਕਾਹਦੇ ਜੋਬ ਕਰਦੇ ਹੋ ਜ਼ੋਮੈਟੋ 'ਚ ਅੱਛਾ ਸਾਰੇ ਮਤਲਬ ਇੱਕੋ ਗਰੁੱਪ ਖੜਾ ਸਾਰੇ ਇੱਕੋ ਗਰੁੱਪ ਅੱਛਾ ਸਵਾਲ ਤੁਹਾਨੂੰ ਮੈਂ ਇੱਕ ਕਰਦਾ ਉਹ ਕਿਹੜੀ ਚੀਜ਼ ਆ ਜਿਹਦੀ ਗਲਤੀ ਦੀ ਸਜ਼ਾ ਉਹਨੂੰ ਨਹੀਂ ਮਿਲਦੀ ਦੂਜੇ ਨੂੰ ਮਿਲ ਜਾਂਦੀ ਹੈ ਕੋਈ ਵੀ ਗਲਤੀ ਕਰੇਗਾ ਉਹਨੂੰ ਨਹੀਂ ਮਿਲਦੀ ਉਹਨੂੰ ਨਹੀਂ ਮਿਲਦੀ ਇਹ ਕਦੀ ਹੋ ਨਹੀਂ ਸਕਦਾ ਉਹਨੂੰ ਨਹੀਂ ਮਿਲਦੀ ਇਹ ਨਹੀਂ ਹੋ ਸਕਦਾ ਉਹਨੂੰ ਨਹੀਂ ਮਿਲਦੀ ਭਾਜੀ ਫਿਰ ਨਹੀਂ ਪਤਾ ਨਹੀਂ ਫਿਰ ਨਹੀਂ ਪਤਾ ਨਹੀਂ ਪਤਾ ਨਹੀਂ ਪਤਾ ਪੱਕਾ ਨਹੀਂ ਪਤਾ ਪਰ ਮੈਂ ਦੱਸਾਂ ਮੈਨੂੰ ਵੀ ਨਹੀਂ ਪਤਾ ਅਤੇ ਲਓ ਜੀ ਲੁਧਿਆਣੇ ਸ਼ਹਿਰ ਦੇ ਵਿੱਚ ਆਪਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਹੱਸੀ ਮਜ਼ਾਕ ਵੀ ਕੀਤਾ ਆਪਾਂ ਸਵਾਲ ਜਵਾਬ ਵੀ ਕੀਤੇ ਹੁਣ ਵੇਲਾ ਹੋ ਗਿਆ
ਨਹੀਂ ਇਜਾਜ਼ਤ ਤਾਂ ਚਲੋ ਆਪਾਂ ਲੈਣੀ, ਪਰ ਉਸ ਤੋਂ ਪਹਿਲਾਂ ਜਿਹੜੇ ਮੈਂ ਸਵਾਲ ਕੀਤੇ ਸੀ ਉਹਨਾਂ ਦੇ ਜਵਾਬ ਜਿਹੜੇ ਮੈਂ ਉਹ ਤੁਹਾਨੂੰ ਜ਼ਰੂਰ ਦੱਸਣੇ ਚਾਹਾਂਗਾ, ਕਿਉਂਕਿ ਫਿਰ ਦਰਸ਼ਕਾਂ ਨੂੰ ਆਪਾਂ ਨਰਾਜ਼ ਥੋੜ੍ਹੀ ਕਰ ਸਕਦੇ ਜਿਹੜਾ ਸਸਪੈਂਸ ਹੁਣ ਖੋਲ੍ਹਾਂਗੇ। ਸਭ ਤੋਂ ਪਹਿਲਾਂ ਮੈਂ ਸਵਾਲ ਕੀਤਾ ਸੀ ਕਿ ਉਹ ਕਿਹੜੀ ਚੀਜ਼ ਆ ਜਿਹਨੂੰ ਔਰਤਾਂ ਪਾਉਂਦੀਆਂ ਵੀ ਆ ਅਤੇ ਖਾਂਦੀਆਂ ਵੀ ਆ, ਉਹ ਹੈਗਾ ਜੀ ਲੌਂਗ, ਕਿਉਂਕਿ ਲੌਂਗ ਨੱਕ ਦੇ ਵਿੱਚ ਪਾਇਆ ਵੀ ਜਾਂਦਾ ਅਤੇ ਸਬਜ਼ੀ ਚਾਹ ਪਾਣੀ ਦੇ ਵਿੱਚ ਉਹਨੂੰ ਮਤਲਬ ਕਿ ਖਾਇਆ ਵੀ ਜਾਂਦਾ ਆ ਹੈ। ਅਤੇ ਦੂਜਾ ਸਵਾਲ ਆਪਾਂ ਕੀਤਾ ਸੀ ਕਿ ਤੁਹਾਨੂੰ ਫੌਰਨ ਜਾਣ ਲਈ ਕੀ ਕਰਨਾ ਚਾਹੀਦਾ, ਫੌਰਨ ਜਾਣ ਲਈ ਤੁਹਾਨੂੰ ਮਤਲਬ ਫੌਰਨ ਚਲੇ ਜਾਣਾ ਚਾਹੀਦਾ, ਪਰ ਮੈਂ ਨਹੀਂ ਜਾਵਾਂਗਾ ਕਿਉਂਕਿ ਮੈਂ ਵਿਦੇਸ਼ ਵਾਲੇ ਫੌਰਨ ਦੀ ਗੱਲ ਨਹੀਂ ਕੀਤੀ ਸੀ, ਅੰਗਰੇਜ਼ੀ ਕਹਿੰਦੇ ਨਾ ਫੌਰਨ ਜਾਓ, ਆਪਾਂ ਉਹਦੀ ਗੱਲ ਕੀਤੀ ਸੀ। ਤੀਜਾ ਸਵਾਲ ਮੈਂ ਇਹ ਕੀਤਾ ਸੀ ਕਿ ਉਹ ਕਿਹੜੀ ਚੀਜ਼ ਆ ਜਿਹਦੀ ਗਲਤੀ ਦੀ ਸਜ਼ਾ ਦੂਜੇ ਨੂੰ ਮਿਲਦੀ ਆ, ਪਤਾ ਕੀ ਆ ਉਹ ਹੈਗੀ ਆ ਜੀ, ਮਤਲਬ ਜੀਭ ਅਕਸਰ ਗੱਲ ਕਰਕੇ ਅਤੇ ਆਪ ਅੰਦਰ ਚਲੇ ਜਾਂਦੀ ਆ, ਉਹਨੂੰ ਤਾਂ ਕੋਈ ਨਹੀਂ ਕੁੱਟਦਾ, ਜਿਹੜੀਆਂ ਪੈਂਦੀਆਂ ਉਹ ਫਿਰ ਹੱਡਾਂ 'ਤੇ ਪੈਂਦੀਆਂ, ਬਾਹਾਂ 'ਤੇ ਪੈਂਦੀਆਂ, ਦੂਜਿਆਂ 'ਤੇ ਪੈਂਦੀਆਂ, ਉਹਨੂੰ ਕੋਈ ਕੁਛ ਨਹੀਂ ਕਹਿੰਦਾ। ਅਤੇ ਚੌਥਾ ਸਵਾਲ ਮੈਂ ਇਹ ਕੀਤਾ ਸੀ ਕਿ ਪੰਜਾਬ ਦਾ ਪ੍ਰਧਾਨ ਮੰਤਰੀ ਕੌਣ ਹੈ। ਐਕਚੁਲੀ ਨਾ ਪੰਜਾਬ ਦਾ ਪ੍ਰਧਾਨ ਮੰਤਰੀ ਨਹੀਂ ਹੁੰਦਾ, ਪੰਜਾਬ ਦਾ ਮੁੱਖ ਮੰਤਰੀ ਹੁੰਦਾ ਆ, ਪ੍ਰਧਾਨ ਮੰਤਰੀ ਸਾਡੇ ਦੇਸ਼ ਦਾ ਹੁੰਦਾ ਆ। ਸੋ ਇੱਦਾਂ ਦੇ ਹੋਰ ਵੀ ਮੈਂ ਬੜੇ ਬੜੇ ਸਵਾਲ ਲੈ ਕੇ ਆਵਾਂਗਾ, ਉਹ ਵੀ ਤੁਹਾਡੇ ਸਾਹਮਣੇ ਰੱਖਾਂਗਾ, ਪਰ ਇੱਥੇ ਨਹੀਂ, ਕਿਸੇ ਨਵੀਂ ਥਾਂ 'ਤੇ ਜਾਵਾਂਗੇ, ਨਵੇਂ ਲੋਕਾਂ ਨਾਲ ਗੱਲਾਂ ਪਤਾ ਕਰਾਂਗੇ ਅਤੇ ਨਵਾਂ ਨਵਾਂ ਅਸੀਂ ਵੀ ਜਾਗ ਵੀ ਲੈ ਕੇ ਆਵਾਂਗੇ। ਹੁਣ ਤੁਸੀਂ ਮੈਨੂੰ ਆਗਿਆ ਦਿਓ, ਮੈਨੂੰ ਚੱਲਣ ਦਿਓ ਕਿਉਂਕਿ ਟਾਈਮ ਬੜਾ ਹੋ ਗਿਆ, ਕਿਤੇ ਮੇਰੀ ਬੱਸ ਨਾ ਲੰਘ ਜੇ ਹੈ। ਅਤੇ ਪਰ ਤੁਸੀਂ ਇੱਕ ਕੰਮ ਜ਼ਰੂਰ ਕਰਦੇ ਰਹਿਣਾ, ਤੁਸੀਂ ਵੇਖਦੇ ਰਹਿਣਾ ਚੜ੍ਹਦੀ ਕਲਾ ਟਾਈਮ TV ਅਤੇ ਆਪਣਾ ਪ੍ਰੋਗਰਾਮ ਟਰੈਵਲ ਮਸਤੀ। ਅਤੇ ਹੁਣ ਦਿਓ ਆਗਿਆ ਜਸਿੰਦਰ ਸਿੰਘ ਕਾਕੇ ਨੂੰ, ਸਤਿ ਸ਼੍ਰੀ ਅਕਾਲ ਜੀ।